ਇਹ ਕਿ ਰਬੀਉਲ ਅਵਲ ਸ਼ਰੀਫ ਦਾ ਚੰਨ ਚੜ੍ਹਿਆ ਹੈ, ਬਰੋਜ਼ ਮੰਗਲ 12 ਰਬੀਉਲ ਅਵਲ ਸ਼ਰੀਫ ਹੈ। ਅਤੇ ਅਕਸਰ ਵੀਡੀਓ ਵੀ ਅਸੀਂ ਵੇਖੀ ਔਰ ਵੈਸੇ ਵੀ ਇਹ ਨਿਜ਼ਾਮ ਵੇਖੀਦਾ ਕਿ ਰਬੀਉਲ ਅਵਲ ਵਾਲੇ ਦਿਨ, 12 ਰਬੀਉਲ ਅਵਲ ਵਾਲੇ ਦਿਨ ਲੋਕ ਕੇਕ ਕੱਟਦੇ ਨੇ। ਇਹਦੇ ਮੁਤਲਕ ਨਾ ਜ਼ਰਾ ਜ਼ਰੂਰੀ ਬਾਤ ਸਮਾਤ ਫਰਮਾ ਲਓ ਕਿ ਕਿਆ 12 ਰਬੀਉਲ ਅਵਲ ਵਾਲੇ ਦਿਨ ਕੇਕ ਕੱਟਣਾ ਚਾਹੀਦਾ ਹੈ ਜਾਂ ਨਹੀਂ ਚਾਹੀਦਾ। ਅਗਰ ਕੇਕ ਕੱਟਣਾ ਚਾਹੀਦਾ ਤਾਂ ਕਿਸ ਤਰ੍ਹਾਂ ਦਾ ਕੇਕ ਹੋਵੇ ਜਿਹੜਾ ਤੁਸੀਂ ਕੱਟਣਾ? ਇਹ ਬੜਾ ਜ਼ਰੂਰੀ ਮਸਲਾ ਜੇ ਰਬੀਉਲ ਅਵਲ ਦੇ ਅੰਦਰ ਇਹ ਲੋਕ ਕਰਦੇ ਨੇ ਕਿ ਅਕਸਰ ਮਿਠਿਆਈ ਦੀਆਂ ਦੁਕਾਨਾਂ 'ਤੇ ਜਾਓ ਨਾ ਅਤੇ ਉਹ ਕੇਕ ਜੀ ਸਾਡਾ 4 ਪਾਉਣ ਦਾ ਕੇਕ, 5 ਪਾਉਣ ਦਾ, ਔਰ ਕਈ ਤਾਂ ਬੜੀ ਮੁਹੱਬਤ ਵਾਲੇ ਨੇ ਜਿਹੜੇ ਨਬੀ ਪਾਕ ਦੀ ਸਾਰੀ ਜ਼ਿੰਦਗੀ ਦੇ ਮੁਤਾਬਕ 63 ਪਾਉਣ ਦਾ ਕੇਕ, ਵੀ 63 ਸਾਲ ਆਪ ਦੀ ਸਾਰੀ ਜ਼ਿੰਦਗੀ ਸੀ ਅਤੇ ਉਹ ਉਸਦੇ ਨਿਸਬਤ ਦੇ ਨਾਲ ਹੀ ਕੇਕ ਕੱਟਦੇ ਨੇ। ਇਹ ਬਾਤ ਬੜੀ ਜ਼ਰੂਰੀ ਔਰ ਅਹਿਮ, ਤਵੱਜੋ ਫਰਮਾ ਲਓ ਕਿ 12 ਰਬੀਉਲ ਅਵਲ ਵਾਲੇ ਦਿਨ ਕੇਕ ਕੱਟਣਾ ਕੋਈ ਗੁਨਾਹ ਨਹੀਂ। ਤੁਸੀਂ ਕੇਕ ਕੱਟ ਸਕਦੇ ਹੋ ਹਜ਼ੂਰ ਦੇ ਆਉਣ ਦੀ ਖੁਸ਼ੀ 'ਚ, ਲੇਕਿਨ ਕੇਕ ਕੱਟਣ ਦੇ ਨਾਲ ਨਾਲ ਇੱਕ ਬਾਤ ਦਾ ਇਹ ਜ਼ਰੂਰੀ ਖਿਆਲ ਕਰਨਾ ਹੈ ਕਿ ਜਿਹੜਾ ਕੇਕ ਤੁਸੀਂ ਬਣਵਾ ਰਹੇ ਹੋ ਜਾਂ ਜਿਹੜਾ ਕੇਕ ਤੁਸੀਂ ਕੱਟ ਰਹੇ ਹੋ ਜਾਂ ਜਿਹੜਾ ਕੇਕ ਤੁਸੀਂ ਖਾ ਰਹੇ ਹੋ, ਅਗਰ ਇਹ ਕੰਮ ਕਿਤਲੇ ਹੋਵੇ ਵੀ ਤੁਹਾਡੀ ਮੌਜੂਦਗੀ ਦੇ ਅੰਦਰ ਤਾਂ ਮਨਾ ਕਰੋ। ਪਹਿਲੀ ਬਾਤ ਇਹ ਵੇ ਕਿ ਕੇਕ ਦੇ ਉੱਤੇ ਨਾ ਅਸੀਂ ਲਫ਼ਜ਼ ਮੁਹੰਮਦ ਲਿਖਿਆ ਹੁੰਦਾ, ਵੇਖਿਆ ਤੁਸੀਂ ਵੀ ਵੇਖਿਆ ਹੋਣਾ, ਜਾਂ ਲਿਖਿਆ ਹੁੰਦਾ ਕਿ ਜਸ਼ਨੇ ਈਦ ਮਿਲਾਦੁਨ, ਬੋਲਿਓ ਜਸ਼ਨੇ ਈਦ ਮਿਲਾਦੁਨ ਨਬੀ ਸੱਲੱਲਾਹੁ ਅਲੈਹੀ ਵਾਲੀ ਵਸੱਲਮ। ਇਹ ਕੇਕ ਦੇ ਉਸਲੇ ਉਤਲੇ ਹਿੱਸੇ 'ਤੇ ਨਾ ਲਿਖਿਆ ਹੁੰਦਾ। ਕਈ ਬੰਦੇ ਲਿਖਵਾ ਛੱਡਦੇ ਨੇ ਔਰ ਕਈ ਨਾ ਵੀ ਲਿਖਵਾਉਣ, ਅਤੇ ਦੁਕਾਨਾਂ ਵਾਲਿਆਂ ਨੇ ਵੈਸੇ ਉਹਨਾਂ ਨੂੰ ਪਤਾ ਕਿ 12 ਰਬੀਉਲ ਅਵਲ ਏ ਅਤੇ ਕੇਕ ਕੱਟਿਆ ਜਾਣਾ, ਉਹ ਵੈਸੇ ਹੀ ਲਿਖ ਛੱਡਦੇ ਨਾ ਜਸ਼ਨ ਈਦ ਮਿਲਾਦ ਉਨ ਨਬੀ ਜਾਂ ਨਬੀ ਪਾਕ ਕੇ ਮਿਲਾਦ ਕਾ ਕੇਕ, ਇੰਜ ਹਜ਼ੂਰ ਦਾ ਨਾਂ ਲਿਖਿਆ ਹੁੰਦਾ। ਜਿਸ ਕੇਕ ਉੱਤੇ ਨਬੀ ਪਾਕ ਦਾ ਨਾਂ ਲਿਖਿਆ ਹੋਵੇ ਅਤੇ ਫਿਰ ਬੰਦੇ ਛੁਰੀ ਲੈ ਕੇ ਉਸ ਕੇਕ ਨੂੰ ਕੱਟਣ ਅਤੇ ਉੱਤੇ ਹੋਵੇ ਨਬੀ ਪਾਕ ਦਾ ਨਾਂ, ਐ ਇਸ਼ਕ ਕਿ ਬੇਅਦਬੀ ਹੈ? ਉੱਚੀ ਬੋਲੋ ਸਾਰੇ। ਐਸੇ ਮਿੰਬਰ ਤੋਂ ਬਿਆਨ ਹੋਣਾ ਨਾ, ਐਸੇ ਮਿੰਬਰ ਤੋਂ ਦੱਸਿਆ ਜਾਣਾ, ਉਲਾਮਾ ਦਾ ਹੀ ਹੱਕ ਬਣਦਾ ਕਿ ਜਿਹੜੀ ਉਂਝ ਦੀ ਰਸਮ ਸ਼ੁਰੂ ਹੋਈ ਹੈ ਉਹਨੂੰ ਖਤਮ ਕੀਤਾ ਜਾਏ, ਉਹਦੇ ਖਿਲਾਫ ਬਿਆਨ ਕੀਤਾ ਜਾਏ, ਉਹਦੇ ਖਿਲਾਫ ਮੁਹਿੰਮ ਚਲਾਈ ਜਾਏ ਕਿ ਕੇਕ ਦੇ ਉੱਤੇ 12 ਰਬੀਉਲ ਅਵਲ ਦੇ ਕੇਕ ਦੇ ਉੱਤੇ ਤੁਸੀਂ ਨਬੀ ਪਾਕ ਦਾ ਨਾਂ ਨਹੀਂ ਲਿਖਵਾਉਣਾ, ਤੁਸੀਂ ਹਜ਼ੂਰ ਦਾ ਨਾਂ ਲਫ਼ਜ਼ ਮੁਹੰਮਦ ਨਹੀਂ ਲਿਖਵਾਉਣਾ, ਤੁਸੀਂ ਜਸ਼ਨ ਈਦ ਮਿਲਾਦ ਉਨ ਨਬੀ ਨਹੀਂ ਲਿਖਵਾਉਣਾ, ਉਹ ਹੀ ਤੁਸੀਂ ਨਾਂ ਲਿਖ ਕੇ ਅਤੇ ਫਿਰ ਉਸੇ ਨਾਂ 'ਤੇ ਤੁਸੀਂ ਛੁਰੀ ਚਲਾਉਂਦੇ ਹੋ। ਹੈ ਯਾਰ, ਕਿੱਡਾ ਵੱਡਾ ਜੁਰਮ ਹੈ, ਕਿੱਡਾ ਵੱਡਾ ਗੁਨਾਹ ਦਾ ਕੰਮ ਹੈ। ਅਸੀਂ ਉਂਝ ਨਬੀ ਪਾਕ ਦੇ ਨਾਂ ਦੀ ਕੋਈ ਬੇਅਦਬੀ ਕਰੀਏ ਅਸੀਂ ਬਰਦਾਸ਼ਤ ਕਰਨੇ ਹਾਂ ਜੀ? ਬੋਲੋ, ਕਰਨੇ ਹਾਂ? ਅਤੇ ਫਿਰ ਜੇ ਆਪ ਹੀ ਸੁੰਨੀ ਮੁਸਲਮਾਨ ਹੋ ਕੇ, ਕੁਝ ਲੋਕ ਚਲੋ ਹੋ ਸਕਦਾ ਕਈਆਂ ਲਾ ਇਲਮੀ ਦੀ ਵਜ੍ਹਾ ਤੋਂ ਵੀ ਕਰਦੇ ਹੋਣ ਕਿ ਨਾ ਪਤਾ ਹੋਵੇ, ਚਲੋ ਜਿਨ੍ਹਾਂ ਨੂੰ ਨਹੀਂ ਪਤਾ ਇਹ ਵੀਡੀਓ ਦੇ ਥਰੂ ਪੈਗਾਮ ਉਹਨਾਂ ਨੂੰ ਵੀ ਪਹੁੰਚ ਜਾਏ ਕਿ ਕਦੀ ਵੀ ਜਿਹੜਾ 12 ਰਬੀਉਲ ਅਵਲ ਵਾਲੇ ਦਿਨ ਕੇਕ ਕੱਟਣਾ ਉਹਦੇ ਉੱਤੇ ਨਬੀ ਪਾਕ ਦਾ ਨਾਂ ਨਹੀਂ ਲਿਖਣਾ, ਕਿਉਂਕਿ ਉਹਦੇ ਉੱਤੇ ਛੁਰੀ ਚਲਾਉਣਾ ਉਹ ਇੰਜੀ ਹੈ ਜਿਵੇਂ ਸਾਡੇ ਦਿਲ 'ਤੇ ਛੁਰੀ ਚੱਲ ਰਹੀ ਹੈ, ਜਿਵੇਂ ਆਸ਼ਕਾਂ ਦੇ ਦਿਲਾਂ 'ਤੇ ਨਬੀ ਪਾਕ ਦੀ ਨਾਂ ਦਾ ਤੁਹੀਨ ਹੈ ਕਿ ਲਫ਼ਜ਼ ਮੁਹੰਮਦ ਨੂੰ ਤੁਸੀਂ ਕੱਟੋ, ਹੈਂ ਤੁਹੀਨ ਹੈ।
ਹਜ਼ਰਤ ਮੌਲਾ ਅਲੀ ਸੁਲਾ ਉਦੈਬੀਆ 'ਤੇ ਲਫਜ਼ ਮੁਹੰਮਦ ਰਸੂਲਲਾ ਲਿਖਿਆ ਨਾ, ਅਤੇ ਕਾਫਰਾਂ ਨੇ ਕਿਹਾ ਜੀ ਅਸੀਂ ਤਾਂ ਤੁਹਾਨੂੰ ਰਸੂਲ ਮੰਨਦੇ ਹੀ ਨਹੀਂ, ਤੁਸੀਂ ਇਹ ਨਾ ਲਿਖੋ, ਤੁਸੀਂ ਲਿਖੋ ਮੁਹੰਮਦ ਬਿਨ ਅਬਦੁੱਲਾ, ਕਿ ਅਬਦੁੱਲਾ ਦਾ ਪੁੱਤਰ ਮੁਹੰਮਦ ਮੁਆਇਦਾ ਕਰਦਾ ਪਿਆ। ਹੁਣ ਤਹਰੀਰ ਲਿਖਣ ਵਾਲੇ ਹਜ਼ਰਤ ਮੌਲਾ ਅਲੀ, ਨਬੀ ਪਾਕ ਨੇ ਹਜ਼ਰਤ ਅਲੀ ਨੂੰ ਫਰਮਾਇਆ, ਅਲੀ ਜੀ ਹਜ਼ੂਰ ਫਰਮਾਇਆ ਇਹ ਜਿੱਥੇ ਰਸੂਲੁੱਲਾ ਲਿਖਿਆ ਹੀ ਨਾ ਇਹਨੂੰ ਕੱਟ ਦੇ। ਇੰਜ ਹੱਥ ਬੰਨ ਕੇ ਮੌਲਾ ਅਲੀ ਖੜੇ ਹੋ ਗਏ, ਫਰਮਾਇਆ ਹਜ਼ੂਰ ਮੇਰੀ ਜ਼ਰੂਰਤ ਨਹੀਂ, ਹਜ਼ੂਰ ਮੇਰਾ ਇਮਾਨ ਗਵਾਰਾ ਨਹੀਂ ਕਰਦਾ ਕਿ ਜਿੱਥੇ ਤੁਹਾਡਾ ਨਾਂ ਲਿਖਿਆ ਹੋਵੇ ਅਤੇ ਅਲੀ ਉਸ ਨਾਂ ਨੂੰ ਕੱਟੇ। ਐ ਇਮਾਨ ਇਸ਼ਕ ਪ੍ਰੀਤ ਨਹੀਂ ਕਿ ਕੇਕਾਂ ਦੇ ਉੱਤੇ ਤੁਸੀਂ ਲਫ਼ਜ਼ ਮੁਹੰਮਦ ਲਿਖ ਕੇ ਤੁਸੀਂ ਹਜ਼ੂਰ ਦਾ ਨਾਂ ਲਿਖ ਕੇ ਅਤੇ ਫਿਰ ਉਸ ਕੇਕ 'ਤੇ ਛੁਰੀ 'ਤੇ ਫੇਰਦੇ ਹੋ। ਕਿੱਥੇ ਟੁਰ ਗਈ ਗੈਰਤ, ਕਿੱਥੇ ਟੁਰ ਗਿਆ ਇਮਾਨ, ਕਿੱਥੇ ਟੁਰ ਗਈ ਸੋਚ? ਇਸ ਵਾਸਤੇ ਕੇਕ ਲੱਖ ਵਾਰੀ ਕੱਟੋ, ਅਸੀਂ ਮਨਾ ਨਹੀਂ ਕਰਦੇ, ਕੱਟਣਾ ਚਾਹੀਦਾ, ਖੁਸ਼ੀ ਕਰਨੀ ਚਾਹੀਦੀ ਹੈ, ਲੇਕਿਨ ਉੱਤੇ ਨਾਂ ਨਾ ਲਿਖੋ ਕਿਸੇ ਕਿਸਮ ਦਾ, ਅਤੇ ਨਾ ਹੀ ਨਾਂ ਲਿਖਵਾਓ, ਇਹ ਬੇਅਦਬੀ। ਦੂਸਰਾ ਮਸਲਾ ਸੁਣ।